एक दूजे कमेंटा जवाब दे दो भाई मैंने ठीक है भाई स्कोर कमेंटरी दस दे रूगा तुम अपडेट कर दे मैं मैच खेडना भाई लंबा वेरे खेडी जाता चाह लग गया भाग के पुत खेडना में मैच है दया करी लग गया तेन कोई बंदा कर देना करम ओए चाह ले दे बजने एक नंबर ग्राउंड दे विच बंगी ने हाउ की टीम आ गई करो शेर सारे वीर इधर रमनदीप जी साडा वड्डा वीर आया खिलाड़ी वर्सन खंजरवाल जिम्मेवारियां खेले भाई यार पटाके पई जांदे भाई करो शेर सारे वीर बैठ दो भाई दस बड़े अरमान लग गए देखो शहबाज उपर बैठा मेरे हूं किंग ने बाजा मारी है मैं भी आ जा भी रौनक तेरे बिना ग्राउंड च रौनक नहीं रौनक आज एक नंबर ग्राउंड च बेनती है बहुत तगड़ा मैच खेला जा रहा फरोज शाह बंगी ने हाल एक रैफरी आ जाए मैं बेनती कर रहा एक रैफरी संधु भाई रूपा रवनीत अपनी टीम का कैमरा सेट आ भाई नंबर ग्राउंड दे विच आ बंदे नु वॉलीबॉल करो करो सारे वीर फिर पटाके पई जांदे भाई ए अपनहारी आ शानू मेरे मित्रों दुनिया दा कहंदे वड्डा मान लै 11 नंबर दी जर्सी ते खेल रहा है बड़ी कहंदे चर्चा ने बड़ी भनहारी वर्सन खंजरवाल ਖੇਡਦਾ ਹੈ ਦੁਨੀਆ ਚੀਨ ਦੀ ਕੰਧ ਕਹਿੰਦੀ ਹੈ
ਸੱਤੇ ਨੇ ਕਹਿੰਦੇ ਇੱਕ ਮੋਡੀਫਾਈ ਸਕੂਟਰ ਜਿੱਤਿਆ ਹੈ ਕੋਕਰੀਆ ਬਾਈ ਮੁੰਡੇ ਦੀ ਖੇਡ ਤੇ ਮੋਡੀਫਾਈ ਸਕੂਟਰ ਸੋਨੇ ਦੀਆਂ ਮੰਡੀਆਂ ਜਿੱਤੀਆਂ ਹੈ ਸ਼ਹਿਬਾਜਪੁਰੇ ਦੇ ਸੱਤੇ ਨੇ ਕਿੰਨੀ ਕਿਲੋ ਬਦਾਮ ਜਿੱਤੇ ਹੈ ਸਪੈਸ਼ਲ ਤੌਰ ਤੇ ਕਰਿਓ ਕਰਿਓ ਸਾਰੇ ਵੀਰ ਸ਼ੇਰ ਬਾਈ ਤਕੜਾ ਮੈਚ ਤੇ ਫਿਰ ਅਮਰੀਕਾ ਦੀ ਧਰਤੀ ਦੇ ਰਹਿਣ ਕਦੇ ਵਾਪਸੀ ਮੁੰਡੇ ਨੇ ਕੀਤੀ ਹੈ ਆਹ ਮੁੰਡੇ ਦੀਆਂ ਪੰਜ ਵਾਲਾ ਗਿਆਰਾਂ ਸੋਹਣੀਆਂ ਹੈ ਨਾਲ ਘੋਗਾ ਖੇਡਦਾ ਹੈ ਤੇ ਨਾਲ ਖੱਗੀ ਨੂੰ ਵੀ ਕਹਿੰਦੇ ਮਾਨ ਸਨਮਾਨ ਮੋਟਰਸਾਈਕਲ ਹੋਇਆ ਹੈ ਟੈਕ ਤੇ ਪਿੰਦਰ ਹੈ ਇਹਨੂੰ ਨੰਬਰ ਵਾਲੀ ਮਸ਼ੀਨ ਦੇ ਤੌਰ ਤੇ ਦੁਨੀਆ ਜਾਣਦੀ ਹੈ ਪਰ ਰਾਜ ਪਰ ਬਾਬਰੀ ਪੂਰਾ ਫਿੱਟਾ ਹੈ ਔਰ ਦੇਖੋ ਸਾਹਮਣੇ ਮੁੰਡਾ ਤਲਵੰਡੀ ਵਾਲਾ ਜਿਹੜੇ ਬਰਨਾਲੇ ਦੀਆਂ ਗੱਲਾਂ ਹੈ ਦੌਰੋ ਗਿੱਲ ਪਰਿਵਾਰ ਦਾ ਉਹਦੇ ਜਨੇਦਪੁਰ ਵਾਲੇ ਚੌਲ ਨੇ ਫੈਸਲਾ ਕਰ ਦਿੱਤਾ ਹੈ ਕਿ ਫਾਊਲ ਅਤੇ ਸਫਲਤਾ ਪਨਿਹਾਰੀ ਦੇ ਖਾਤੇ ਦੇ ਵਿੱਚ ਹੈ ਸੁਰੇਸ਼ ਸਾਹਿਬ ਦੇ ਇੱਕ ਮਿੰਟ ਦਾ ਸਮਾਂ ਜੀ ਉਹਨਾਂ ਦਾ ਰੈਫਰੀ ਆ ਗਿਆ ਸੁਰੇਸ਼ ਸਾਹਿਬ ਦੀ ਟੀਮ ਨੂੰ ਲਾਸਟ ਇੱਕ ਮਿੰਟ ਦਾ ਸਮਾਂ ਲਵਨੀਤ ਕਲੱਬ ਕਾਲੀ ਵਾਲਾ ਤੇ ਭੈਣੀ ਬਾਈਆ ਇਹਦੀ ਖਰਾਬ ਹੀ ਲੈ ਜਾਂਦੀ ਕਰਦੇ ਧੰਨਵਾਦ ਕਰਾਂਗੇ ਸਰ ਸਾਡੇ ਦਰਮਿਆਨ ਸਰਦਾਰ ਬੂਟਾ ਸਿੰਘ ਰਣਜੀਤ ਪਹੁੰਚੇ ਦੇ ਨਾਲ ਸਾਡੇ ਵੀਰ ਪਿਛੋਕਰ ਨਾਲ ਗੁਰਸ਼ਰਨ ਸਾਡਾ ਵੀਰ ਹੈ ਗੁਰਸ਼ਰਨ ਖਹਿਰਾ ਸਾਹਿਬ ਵੀ ਵਿਸ਼ੇ ਤੌਰ ਹਰਮਨ ਸੰਘੇੜਾ ਜੀ ਪੁੱਛੀ ਖੱਬੇ ਆਪਾਂ ਰੁਚੀ ਪ੍ਰਬੰਧਕੀ ਕਮੇਟੀ ਵੱਲੋਂ ਇਹਨਾਂ ਸਤਿਕਾਰਯੋਗ ਸ਼ਖਸੀਤਾਂ ਦਾ ਧੰਨਵਾਦ ਕਰਾਂਗੇ ਜਿੱਤ ਗਿਆ ਬਾਈ ਸਿੱਧੂ ਕੁਲਦੀਪ ਬਾਦ ਦੇ ਮੈਦਾਨ ਦੇ ਵਿੱਚ ਕਿ ਲੱਗਿਆ ਹੈ ਨੈਟ ਵਿੱਚ ਪਈਆਂ ਨੇ ਦੋ ਵੇਟ ਵੀਰੇ ਵੇਟ ਪੁਆਇੰਟ ਵਾਲਾ ਥੋੜਾ ਦੂਰ ਬੈਠਾ ਬਾਈ ਕਰਦੇ ਆ ਅਪਡੇਟ ਗੱਲਾਂ ਹੁੰਦੀਆਂ ਕੋਈ ਟੀਮਾਂ ਦੋਨੋਂ ਚੰਗੀਆਂ ਉਹ ਕੌਣ ਮਾਰੂ ਸ਼ਾਟਾ ਕੌਣ ਕਰੂਗਾ ਡਿਫੈਂਸ ਉਹਨੇ ਡਿੱਗ ਡਿੱਗ ਕੇ ਜੀਰਿਆ ਗੁੱਟਾ ਦੀ ਮਾਰ ਕੁਲਜੀਤ ਮਾਰ ਜੱਤਿਆ ਵੀਰੇ ਸਿੱਧੂ ਜੀਰਿਆ ਗੁੱਟਾ ਦੇ ਵਿੱਚ ਚੋਰ ਮਿੱਤਰੋ ਉਹਨੇ ਜਾਣਾ ਜਿੱਤ ਗਏ ਬਾਕੀ ਜਿੱਤਣਾ ਉਹਨੇ ਹੈ ਇੱਕ ਕਿਸਮਤ ਚੋਰ ਤਮਾਮ ਤੇ ਮਿਹਨਤ ਇਹ ਸਾਰੀਆਂ ਚੀਜ਼ਾਂ ਜਦੋਂ ਵੇਟ ਵੀਰੇ ਵੇਟ ਇੱਕ ਮਿੰਟ ਬਾਈ ਇਕੱਠੀਆਂ ਹੁੰਦੀਆਂ ਇੱਕ ਸਫਲਤਾ ਦਾ ਜਨਮ ਹੁੰਦਾ ਹੈ ਜਦੋਂ ਕਿਸਮਤ ਮਿਹਨਤ ਤੇ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਹੋਣ ਤੇ ਇੱਕ ਕਹਿੰਦੇ ਸਫਲਤਾ ਉਪਜਦੀ ਹੈ ਬੜੇ ਪਿਆਰੇ ਸੱਜਣ ਮਿੱਤਰ ਪਹੁੰਚੇ ਹੈ ਤਿੰਨ ਨੰਬਰ ਗਰਾਊਂਡ ਲਵਨੀਤ ਕਲੱਬ ਕਾਲੀਏ ਵਾਲਾ ਤੇ ਭੈਣੀ ਬਾਈਆ ਦੇ ਖਿਡਾਰੀ ਆ ਜਾਣ ਲਵਨੀਤ ਕਲੱਬ ਕਾਲੀਏ ਵਾਲਾ ਤੇ ਭੈਣੀ ਬਾਈਆ ਪਰ ਜਲੇਟ ਸਫਲਤਾ ਪਨਿਹਾਰੀ ਦੇ ਹਿੱਸੇ ਹੈ ਦਿਲੋਂ ਧੰਨਵਾਦ ਸਾਰੇ ਵੀਰਾਂ ਦਾ ਖਿੱਚੋ ਖਿੱਚੋ ਕੰਮ ਬਾਈ ਤਕੜਾ ਮੈਚ ਵੀਰੇ ਕਿੰਨੇ ਕਿੰਨੇ ਹੈ ਪੰਜ ਤੇ ਇੱਧਰ ਛੇ ਛੇ ਪਟਾਕੇ ਪਹਿਣਗੇ ਯਾਰੀਆਂ ਪਿੱਛੇ ਕਈ ਕਈ
ਨਾਮ ਜਰਨੀ ਪੈਂਦੇ ਆ। ਆਓ ਦੇਖੋ ਸਾਹਮਣੇ ਤਿੰਨ ਨੰਬਰ ਗਰਾਊਂਡ ਦੀ ਮੇਰੀ ਬੇਨਤੀ ਆ, ਨਵਨੀਤ ਕਲੱਬ ਕਾਲੀਏ ਵਾਲਾ ਤੇ ਭੈਣੀ ਪਾਈਆ ਦੇ ਖਿਡਾਰੀ ਆ ਜਾਣ, ਨਵਨੀਤ ਕਲੱਬ ਕਾਲੀਏ ਵਾਲਾ ਤੇ ਭੈਣੀ ਪਾਈਆ ਕਰਿਓ ਕਰਿਓ ਸ਼ੇਰ ਸਾਰੇ ਵੀਰ ਮੇਰੀ ਬੇਨਤੀ। ਗੰਗਾ ਰਗੜਾ ਤਰਸੇਮ ਆਇਆ ਬਾਈ, ਬਰਪ੍ਰੀਤ ਸਿੰਧੂ ਵੀ ਆ ਗਈ ਹੈ, ਚੋਟੀ ਦਾ ਤਲਵੰਡੀ ਵਾਲਾ ਪ੍ਰਤਾਪ ਮੇਰੇ ਮਿੱਤਰੋ, ਇਹ ਮੁੰਡਾ ਕਹਿੰਦੇ ਦੁਨੀਆ ਦਾ ਸਟਾਰ ਖਿਡਾਰੀ ਹੈ, ਬੜਾ ਚੋਟੀ ਦਾ ਮੈਚ ਹੈ। ਆਹ ਮੁੰਡੇ ਦੀਆਂ ਪੰਜ ਵਾਲਾਂ ਦੇ ਸਰਪੰਚ ਸਾਹਿਬ ਨੇ 1100 ਲਾਇਆ ਹੈ। ਅਮਰ ਪੁੱਤਰ ਜੀ ਸਾਡੇ ਥੋੜਾ ਖਿਆਲ ਰੱਖਣਗੇ ਕਿ ਸੱਤਾ ਪੰਜ ਕਦੋਂ ਕ੍ਰਾਸ ਕਰਦਾ ਹੈ। ਤਕੜੀ ਬਾਲ ਸ਼ਾਲੂ ਬਾਈ ਵੱਲੋਂ। ਕੰਪਿਊਟਰ ਨੇ ਇੱਕ ਹੋਰ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਹੈ ਕਿ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ, ਹੋਰ ਭਰਾ ਕੀ ਦੁਨੀਆ ਤੋਂ ਕੋਈ ਲੈ ਜਾਂਦਾ। ਬਾਹਰ ਧਫੜ ਤੋਂ ਖਾਲੀ ਹੱਥ ਸਤਿੰਦਰ ਦੇ ਜਾ ਸਕਦਾ ਕੁਝ ਨਾਲ ਤੇ ਸੱਚੀ ਲੈ ਜਾਂਦਾ, ਹੋਰ ਤੁਰਿਆ ਫਿਰਦਾ ਇਹ ਵੀ ਕਿਸੇ ਦੀ ਤਾਕਤ ਹੈ। ਜਿੰਨੇ ਝੱਖੜ ਝੁੱਲੇ ਸ਼ੇਰ ਨੀ ਕੀਤਾ ਬਾਈ, ਕਰਿਓ ਸ਼ੇਰ ਸਾਰੇ ਵੀਰ। ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ। ਲੈਵੀ ਤਲਵੰਡੀ ਵਾਲਿਆ ਕਰ ਦੀ ਗੱਲ, ਮੈਚ ਵੀ ਬੜਾ ਜਾਨਦਾਰ ਖੇਡ ਦੇ ਮੈਦਾਨ ਦੇ ਵਿੱਚ ਹੈ। ਦੋਵੇਂ ਟੀਮਾਂ ਦੇ ਦਰਮਿਆਨ ਫਸਵੀਂ ਟੱਕਰ, ਇੱਕ ਪਾਸੇ ਖੰਗਰ ਬਾਲ ਤੇ ਪਨਿਹਾਰੀ, ਪੰਜਾਬ ਤੇ ਹਰਿਆਣੇ ਦਾ ਮੈਚ ਦੇ ਫੈਸਲੇ ਕੋਰੇ ਸਿੰਘ ਨੂੰ ਮੇਰੇ ਮਿੱਤਰੋ ਪਤਾ ਲੱਗਣਾ ਕਿਹੜੀ ਟੀਮ ਨੇ ਜਿੱਤਣਾ। ਤਲਵੰਡੀ ਵਾਲਾ ਪ੍ਰਤਾਪ ਰਜਤ ਮਲਕ ਮਿੱਤਰਾਂ ਦੀ ਚਟੋਰੀ ਦਾ ਮੈਚ ਮੇਰੇ ਲੂਜ ਕਰ ਗਿਆ ਬਾਈ। ਤਲਵੰਡੀ ਵਾਲੇ ਪ੍ਰਤਾਪ ਨੇ ਨੰਬਰ ਦਾ ਵਾਧਾ ਕਰ ਦਿੱਤਾ ਆਪਣੀ ਟੀਮ ਦੇ ਲਈ। ਫਿਰ ਨਵਨੀਤ ਕਲੱਬ ਕਾਲੀਏ ਵਾਲ ਦੀ ਟੀਮ ਆ ਗਈ ਹੈ ਤੇ ਭੈਣੀ ਬਾਈਏ ਦੀ ਟੀਮ ਦੇ ਰਹਿੰਦੇ ਪਲੇਅਰ ਕੰਕਰ ਜਾਓ ਵਾਲਾ, ਭੈਣੀ ਬਾਈਏ ਵਾਲਾ ਕਾਲਾ ਵੀ ਪੁੱਜ ਗਿਆ, ਭੈਣੀ ਬਾਈਏ ਵਾਲਾ ਸੋਨੀ ਵੀ ਆ ਗਏ ਤੇ ਢਿੱਡਾ ਕਹਿੰਦੇ ਕਨੇਡਾ ਜਾ ਵਸਿਆ। ਇਹ ਵੀ ਬੂਟੇ ਬਾਈ ਇੱਧਰ ਆਪਾਂ ਇੱਕ ਰੈਫਰੀ ਲਾਉਣਾ ਹੈ, ਮਾਰਨੇ ਗਿਆ ਕਿਹਨੂੰ ਰੈਫਰੀ ਲਾਈਏ, ਭੈਣੀ ਬਾਈਏ ਦਾ ਮੈਚ ਆ ਗਿਆ ਤੇ ਸਾਰਾ ਭਾਜੀ ਦੱਸਣਗੇ ਕਿ ਰੈਫਰੀ ਆਪਾਂ ਕਿਹੜਾ ਲਾਉਣਾ ਹੈ, ਸਾਰਾ ਭਾਜੀ ਦੱਸਣਗੇ। ਖੱਬੇ ਟੋਟੀ ਦਾ ਮੈਚ ਖੇਡ ਦੇ ਮੈਦਾਨ ਦੇ ਵਿੱਚ ਦੇ ਅੰਦਰਲੇ ਪਾਸੇ ਸਤਨਾਮ ਓਪਨ ਨੇ ਸਰਵਿਸ ਕਰ ਦਿੱਤੀ ਹੈ। ਖੇਡ ਦੇ ਮੈਦਾਨ ਦੇ ਵਿੱਚ ਦੁਨੀਆਂ ਦੇ ਸਟਾਰ ਮੇਰੇ ਮਿੱਤਰ ਅਜੇ ਧਰਤੀ ਧਿਆਨੇ ਦੀ ਹੈ, ਲੁਧਿਆਣੇ ਦੇ ਵਿੱਚ ਵੱਡੀਆਂ ਜਿਹੜੀਆਂ ਰੌਣਕਾਂ ਹੈ ਤੇ ਸਤਨਾਮ ਮੇਰੇ ਮਿੱਤਰ ਕਰਦਾ ਟਰਾਈਆਂ ਖੇਡ ਦੇ ਮੈਦਾਨ ਦੇ ਵਿੱਚ। ਉੱਧਰ ਕਹਿੰਦੇ ਚੰਡੀਗੜ੍ਹ ਵਾਲਾ ਸਾਮਾ ਵੀ ਪੁੱਜਿਆ, ਸਾਮਾ ਮੁੰਡਾ ਕਹਿੰਦੇ ਚੰਡੀਗੜ੍ਹੀਆਂ ਮੈਚ ਤੇ ਖੇਡਦਾ ਹੈ ਤੇ ਦਰਬਾਰ ਗੱਗੀ ਤੋਂ ਲੱਗੀ ਹੈ। ਸੱਚੇ ਪਾਤਸ਼ਾਹ ਮਿਹਰ ਕਰੇ ਕਿਸੇ ਖਿਡਾਰੀ ਦੇ ਸੱਟ ਫੇਟ ਨਾ ਲੱਗੇ, ਮਾਲਕ ਦੀ ਕਿਰਪਾ ਹੈ। ਆਹ ਮੁੰਡਾ ਕਹਿੰਦੇ ਮੋਟਰਸਾਈਕਲ ਦਾ ਜੇਤੂ ਹੈ, ਬੜਾ ਕਹਿੰਦੇ ਹਸਮੁਖ ਦੇ ਸੁਭਾਅ ਦਾ ਮਾਲਕ ਹੈ ਜਿਹੜਾ ਸਰਵਿਸ ਕਰਨ ਜਾ ਰਿਹਾ ਹੈ। ਇਹ ਆ ਸੂਰਜ ਚੌਧਰੀ ਨਾਂ ਦੇ ਫੇਸਬੁੱਕ ਤੇ ਮੁੰਡੇ ਦੀ ਆਈ ਡੀ ਹੈ, ਗਰਾਊਂਡਾਂ 'ਚ ਉਹਨੂੰ ਪੀਸੀ ਵੀ ਕਹਿੰਦੇ ਹੈ ਤੇ ਪਿਆਰ ਨਾਲ ਪ੍ਰਿੰਸ ਪ੍ਰਿੰਸ ਗੁਣੀ ਆਖਦੀ ਹੈ। ਇਹ ਆ ਪਨਿਹਾਰੀ ਵਾਲਾ ਪ੍ਰਿੰਸ, ਮੈਚ ਬੜਾ ਤਕੜਾ ਤੇ ਨੰਬਰ ਵੀ ਕਹਿੰਦੇ ਐਨ ਬਿਲਕੁਲ ਬਰਾਬਰੀ ਦੇਖੀ ਦੇ ਜਾ ਰਹੀ ਹੈ, ਟੀਮਾਂ ਵੀ ਬੜੀਆਂ ਟੌਪ ਦੀਆਂ ਹੈ। ਉੱਧਰ ਵਾਲੀਬਾਲ ਦਾ ਪ੍ਰਿੰਸੀਪਲ ਦੁਨੀਆ ਕਹਿੰਦੀ ਬਿੰਦੇ ਨੂੰ, ਨਾਲ ਢੰਡਾ ਭਲਵਾਨ ਖੇਡ ਰਹੇ ਹੈ, ਨਾਲ ਸਰਮੈ ਬੰਬੀ ਦੀਪ ਸਿੰਘ ਵਾਲੇ ਦਾ ਤੇ ਚੱਕਾਂ ਦਾ ਫੂਲਾ ਕਹਿੰਦੇ ਨਿਰਤੇ ਖੇਡ ਰਹੇ ਹੈ, ਨਾਲ ਕਿਰਤੀ ਹੈ, ਇੱਕ ਤਕੜੀ ਜਿਹੜੀ ਟੀਮ ਅੱਜ ਬਣੀ ਹੋਈ ਹੈ। ਇੱਧਰ ਵੀ ਮੁਕਾਬਲਾ ਬਿਲਕੁਲ ਬਰਾਬਰੀ ਦੇ, ਉੱਧਰ ਸਾਡੇ ਬਾਈ ਕੁਲਵਿੰਦਰ ਸਰਪੰਚ ਸਾਹਿਬ ਗੌਰਵ ਦੀਆਂ ਪੰਜ ਬਾਲਾਂ ਤੇ ਕਹਿੰਦੇ 500 ਦੇਣਾ ਹੈ ਤੇ ਨਾਲ ਜਿਹੜੇ ਸੱਤੇ ਦੀਆਂ ਪੰਜ ਬਾਲਾਂ ਦੇ ਵੱਡੇ ਮਾਰ ਹੋਣਗੇ।
ਅੰਦਰ ਅੰਦਰ ਹੈਲੋ ਹੈਲੋ ਲੈ ਵੀ ਸਾਊਂਡ ਵਾਲੇ ਐਂ ਲੱਗਣ ਲੱਗ ਪਏ ਕਿ ਐਫਐਮ ਚੱਲ ਪਿਆ ਸੀਗਾ ਕੀ ਕਾਰਨ ਹੈ ਟੀਮਾਂ ਕਿਉਂ ਨਹੀਂ ਆ ਰਹੀਆਂ ਫਿਰੋਜ਼ਾ ਬੀ ਦੀ ਟੀਮ ਅਗਲੇ ਰਾਉਂਡ ਦੇ ਵਿੱਚ ਆ ਵੀਰੇ ਤੇ ਆਹੀ ਕਰਨਾ ਟੀਮਾਂ ਤਾਂ ਹੀ ਆ ਰਹੀਆਂ ਅੱਜ ਕਾਰਨ ਪਤਾ ਲੱਗ ਗਿਆ ਨੈਣੇ ਲਈ ਤੇਰੇ ਨੰਬਰ ਰਾਉਂਡ ਜਾ ਗਈਆਂ ਜੀ ਟੀਮਾਂ ਮੈਚ ਦੀ ਆਪਾਂ ਸ਼ੁਰੂਆਤ ਕਰ ਲਈਏ ਬੇਨਤੀ ਹੈ ਚੱਲਿਆ ਨਹੀਂ ਵੀਰੇ ਭੈਣੀ ਦਾ ਮੈਚ ਹਲੇ ਟੀਮਾਂ ਜਿਹੜੀ ਆ ਗਿਆ ਹੈ ਮੈਚ ਦੀ ਆਪਾਂ ਸ਼ੁਰੂਆਤ ਕਰ ਦਈਏ ਹਰਮਨ ਸਿੱਧੂ ਚੱਲਿਆ ਨਹੀਂ ਵੀਰੇ ਮੈਚ ਭੈਣੀ ਦਾ ਹਲੇ ਰਾਜਦੀਪ ਦਿਨ ਤੇ ਰੈਫਰੀ ਲਾ ਕੇ ਕਿੰਨੇ ਸਕੋਰ ਹੋ ਗਏ ਬਾਈ गबरू जी वालीबाल चल रहे बड़ी चढ़ाई है मेरे मित्रों खंजरवाल की टीम ने कहते अलगी पहल गेम बचा दिता है करो करो सारे वीर शेर भाई तगड़ा मैच है ਦੂਜੇ ਪਾਸੇ ਤਲਵੰਡੀ ਦਾ ਪ੍ਰਧਾਨ ਦੇ ਰਾਜਪਾਲ ਬਾਗਲੀ ਮੇਰੇ ਮਿੱਤਰੋ ਉਹ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਹੁਣ ਪਤਾ ਲੱਗੂ ਕਿਹਦਾ ਤਗੜਾ ਓਕੇ ਓਕੇ ਵੀਰੇ ਵਿਸ਼ਾਲ ਗੱਲ ਹੈਲੋ 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 ਹਰਮਨ ਮਿੱਤਰ ਜੀ ਵਿਸ਼ੇਸ਼ ਤੌਰ ਤੇ ਸਾਡੇ ਨਾਲ ਪਹੁੰਚੇ ਧੰਨਵਾਦ ਹੈ ਸਾਰੀ ਮਿੱਤਰ ਮੰਡਲੀ ਦਾ ਧੰਨਵਾਦ ਲੋ ਤਗੜੇ ਮੈਚ ਖੇਡਦੇ ਮੈਦਾਨ ਦੇ ਵਿੱਚ ਸੁਨਿਆਰੀ ਵਾਲਾ ਸ਼ਾਨੋ ਦੇ ਰੁਕਰੇ ਗੱਲਾਂ ਪੈ ਜਾਂ ਸੋਹਣੀਆਂ ਇਹ ਨੰਬਰ ਦਾ ਵਾਧਾ ਹੋ ਦੇਖਾਂਗੇ ਕਿਹਨੇ ਕਰਨਾ ਹੈ ਚੋਟੀ ਦਾ ਮੁਕਾਬਲਾ ਖੇਡਦੇ ਮੈਦਾਨ ਸੁਖ ਸੰਧੂ ਤਗੜਾ ਮੈਚ ਬਾਈ ਕਰਿਓ ਕਰਿਓ ਸ਼ੇਰ ਸਾਰੇ ਵੀਰ ਹਰਜੋਤ ਪਤੇਰ ਵਧੀਆ ਵੀਰੇ ਕਾਲ ਖੇੜਾ ਸਜੀ ਭੈਣ ਨੂੰ ਹਰਜੋਤ ਪਤੇਰ ਵਧੀਆ ਵੀਰੇ ਤਾੜੀ ਨੂੰ ਹੱਥ ਪਾ ਲਿਆ ਗੁਰਤੇਜ ਨਾੜਾ ਧੰਨਵਾਦ ਬਾਈ ਚਾਲੂ ਵਰਸ ਸੱਤਾ ਬਾਈ ਤਗੜਾ ਮੈਚ ਕਰਿਓ ਸ਼ੇਰ ਸਾਰੇ ਵੀਰ ਦੀਪਕ ਪੁਗਲ ਵਧੀਆ ਵਧੀਆ ਬਾਈ ਦੀਪਕ ਸੋਹਣਿਆ ਮਾਲਾ ਦੀ ਜੋ ਸਾਥੀ ਵਿੱਚੋਂ ਮਿਲਦੀ ਦਲੇਰੀ ਮੈਚ ਬੜਾ ਤਕੜਾ ਉਧਰ ਵਾਲੀਬਾਲ ਦਾ ਕਹਿੰਦੇ ਵੱਡਾ ਪ੍ਰਮੋਟਰ ਓਕੇ ਓਕੇ ਹਰਮਨ ਸਿੱਧੂ ਵੀਰੇ ਸ਼ਹਿਬਾਜ਼ ਦੂਰਾ ਬਾਈ ਉੱਪਰ ਸਟੇਜ ਤੇ ਬੈਠਾ ਬਾਈ ਕਹਿੰਦੇ ਐਨ ਸਹੀ ਲਾ ਦਿੰਦਾ ਉਧਰ ਹਰਮਨ ਪੁੱਤਰ ਸਾਡਾ ਵੀਰ अपने मित्र मंडली के नाम धन्यवाद है और खेल के मैदान लग्या जोर दोनों टीम वरिंदर सिंह चूक दे करांगे मेरे करांगे लाइव करांगे सारे इस मैच तो बाद खुशी मनाइए चुप दी ना हारो करिए उच्चा बोल ना बोलिए करतारों डरिए उच्चा बोल ना बोलिए करतारों डरिए सब खेडा ने उस करतार दिया किन्ने पीसी स्कोर बकरा बकरा दे लीला लीला ही हुंदा है ਦਾਰਾ ਦਾਰਾ ਦੇ ਬੁੱਟਾ ਬੁੱਟਾ ਹੀ ਹੈ ਕਈ ਵਾਰੀ ਮੈਂ ਆਪਣੇ ਸੁਣਦਾ ਹਾਂ ਕਿ ਰੌਲੀ ਕਿਸੇ ਨਾਲ
ਪੰਪ ਪੰਪ ਤੇ ਹਾਈਡ੍ਰੋਲਿਕ ਹਾਈਡ੍ਰੋਲਿਕ ਹੁੰਦਾ ਮਿੰਟੂ ਬੱਲੋ ਗੋਪੇ ਦਾ ਮੈਚ ਵੀਰੇ ਅਗਲੇ ਰਾਊਂਡ ਦਾ ਵਿਖਾਵਾਂਗੇ ਬਾਈ ਸੋਹਣ ਖਾਨ ਵਰਗੀ ਆਈ ਸੀਗੀ ਪਰ ਸਮਝ ਨਹੀਂ ਆਇਆ ਕੋਈ ਪੰਪ ਪੰਪ ਤੇ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਸਾਰੀ ਦੁਨੀਆ ਪੁੱਛਦੀ ਸੀ ਕਹਿ ਕੀ ਗਿਆ ਬਾਈ ਭੈਣੀ ਵਾਲਾ ਮੈਚ ਸ਼ੁਰੂ ਕਰਵਾ ਲਈ 8 9 ਪੁਆਇੰਟ ਬਾਈ ਭੈਣੀ ਵਾਲਾ ਦੀ ਅੱਜਗਾ ਤੇ ਐਨ ਮੁੰਡਾ 8 ਪੁਆਇੰਟ ਭੜਿਆਰੀ ਟੀਮ 9 ਪੁਆਇੰਟ ਖੰਜਰਵਾਲ ਸਟਾਰ ਬਣ ਗਿਆ ਹੈ ਦੋਨੋਂ ਪੀਐਸਐਲ ਨਹੀਂ ਵੀਰੇ ਲੱਗ ਲੱਗ ਹੈਲੋ ਪੁਆਇੰਟ 80 ਲੱਖਣ ਮਲਾ ਭਾਗਪੁਰ ਯਾਰ ਰਣਦੀਪ ਸਾਡਾ ਵੀਰ ਦੱਸ ਦੇ ਇਹ ਪੇਪੇ ਇਹ ਪੇਪੇ ਵੀ ਆ ਗਿਆ ਮੰਗੋਲੇ ਪਿਛਲੇ ਸਾਲ निका कुलारिया है भाई तगड़ा मुकाबला वीरे हरजिंदर सिंह सिद्धू वीरे शालू नाल वीरे सामा वीरे पानी भेजो जी ग्राउंड पानी भी भेजो तो रहा है भला दो साढ़े वीर ने धन्यवाद बूटे बाई का ਮੈਚ ਸ਼ੁਰੂ ਕਰਵਾ ਦਈਏ ਮੈਚ ਹੋ ਗਈ ਬਹੁਤ ਆਉਣਾ ਖੇਡਿਆ ਜਾਣਾ ਲਵਨੀਤ ਕਲਾਕਰ ਬੱਚੇ ਤੇ ਭੈਣੀ ਪਾਈਆ ਉਹਦੇ ਵਿੱਚ ਵੀ 8 9 ਆਪਣੀਆਂ ਦੁਨੀਆ ਦੇ ਵੱਡੇ ਮੱਲ ਅੱਜ ਆਪਣੇ ਕੋਲੇ ਪੁੱਜੇ ਹੋਏ ਆ ਲੋ ਬਹੁਤ ਬੜਾ ਮੈਚ ਜਿਹੜਾ ਖੇਡ ਦੇ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ 3 ਨੰਬਰ ਗਰਾਊਂਡ ਦੇ ਵਿੱਚ ਵੀ ਲਵਨੀਤ ਕਲੱਬ ਕਾਲੀਏ ਵਾਲਾ ਤੇ ਭੈਣੀ ਪਾਈਆ ਦੀ ਡਾਂ ਖੜਕਣੀ ਹੈ ਉਧਰਲੇ ਪਾਸੇ ਪ੍ਰਿੰਸ ਚੌਧਰੀ ਮੇਰੇ ਮਿੱਤਰੋ ਥਾਰ ਦੇ ਵਿੱਚ ਵੀ ਬਾਲਾ ਕਹਿੰਦੇ ਬੰਨ ਬੰਨ ਫੁੱਟਦਾ ਹੈ ਨੰਬਰ ਜ਼ਰੂਰ ਬਚ ਗਏ ਦੱਸਾਂਗੇ ਤਲਵੰਡੀ ਵਾਲਾ ਪ੍ਰਤਾਪ ਚੋਟੀ ਦਾ ਵਜਾਵਲਾ ਖੇਡ ਦੇ ਮੈਦਾਨ ਦੇ ਵਿੱਚ ਕਿ ਚੋੜੀ ਲੱਭੇ ਅਤੇ ਕੌਰਬ ਦੀਦੀ ਉਹ ਚੱਟ ਵੀ ਬੜੀ ਹੈ ਤੇ ਤਲਵੰਡੀ ਵਾਲੇ ਪ੍ਰਤਾਪ ਦੀਦੀ ਖੇਡ ਹੈ ਕਮਾਲ ਦੀ ਤੇ ਇਧਰ ਗੱਲ ਵਾਲੇ ਨੇ ਵੀ ਕਮਾਲ ਦੀ ਗੱਲ ਦਿੱਤੀ ਹੈ ਬਾਕੀ ਟਰੋਫੀਆਂ ਨੂੰ ਵੀ ਪਤਾ ਲੱਗਾ ਹੈ ਵੀ ਟੇਬਲ ਨੂੰ ਵੀ ਪਤਾ ਲੱਗਾ ਕਿ ਗਾਲ ਬਣਾ ਕੇ ਬਹਿ ਗਿਆ ਗਾਲ ਬਣਾ ਸਟੇਜ ਤੇ ਦੇ ਟਰੋਫੀਆਂ ਥੱਲੇ ਨੰਬਰ 10 ਨੂੰ ਕਿੰਨੇ ਸੀ ਕਿੰਨੇ ਆ ਹਰਮਨ ਸਿੱਧੂ ਵੀਰੇ ਦਿਖਾਵਾਂਗੇ ਮੈਚ ਬਾਈ ਹਰਸ਼ਦੀਪ ਨਿਊਜ਼ੀਲੈਂਡ ਤੋਂ ਲਾਈਵ ਦਿਲੋਂ ਧੰਨਵਾਦ ਵੀਰੇ ਬਿਲਕੁਲ ਬਿਲਕੁਲ ਅੱਜ ਪੀਸੀਵੀ ਮਾਰਦਾ ਸ਼ਾਟ ਬਾਈ ਗੋਪੇ ਦਾ ਮੈਚ ਹੋਣਾ ਮੇਰੇ ਅਮਨਦੀਪ ਹਰਮਨ ਸਿੱਧੂ ਦਿਖਾਵਾਂਗੇ ਮੈਚ ਬਾਈ ਜ਼ਰੂਰ ਬਹੁਤ ਵਧੀਆ ਮੈਚ ਆਪਾਂ ਦੇਖ ਰਹੇ ਹਾਂ ਖੇਡ ਦੇ ਮੈਦਾਨ ਵਿੱਚ ਤਕੜਾ ਜਿਹੜਾ ਮੈਚ ਖੇਡਿਆ ਜਾ ਰਿਹਾ ਉਧਰ ਸਾਡੇ ਹਣੀ ਵੀਰ ਇਸ ਜਗਰਾਉਂ ਟਰਾਫੀ ਵਾਲਾ ਉਹਨੇ ਐਲਾਨ ਕਰ ਦਿੱਤਾ ਵੀ ਜਿਹੜੀ ਟੀਮ ਖੰਜਰਵਾਲ ਤੇ ਭਣਿਆਰੀ ਦੇ ਵਿੱਚੋਂ ਜੇਤੂ ਜੇ ਅੱਜ ਭਣਿਆਰੀ ਦੀ ਟੀਮ ਜੇਤੂ ਰਹਿੰਦੀ ਹੈ ਤਾਂ ਭਣਿਆਰੀ ਦੇ ਸਾਲੂ ਦਾ ਜਿਹੜਾ ਕੱਪ ਦੇ ਨਾਲ ਵੱਡਾ ਮਾਨ ਤੇ ਵੱਡਾ ਸਨਮਾਨ ਜਿਹੜਾ ਕੀਤਾ ਜਾਣਾ ਹੈ ਇਹ ਟੀਮ ਅੱਜ ਭਣਿਆਰੀ ਦੀ ਜੇਤੂ ਰਹਿੰਦੀ ਹੈ ਤੇ ਸਾਡੇ ਇਸ ਜਗਰਾਉਂ ਵਾਲੇ ਉਹਨਾਂ ਬਣੀਓ ਸਾਲੂ ਦਾ ਜਿਹੜਾ ਕੱਪ ਦੇ ਨਾਲ ਵੱਡਾ ਮਾਨ ਸਨਮਾਨ ਹੋਵੇਗਾ ਰਣਦੀਪ ਨੰਬਰ 80 11 ਗੋਲਾ ਕੋਚ ਜੀ ਤਲਵੰਡੀ ਵਾਲੇ ਉਸ ਸਟੇਜ ਤੇ ਆਉਣ ਜੀ ਗੋਲਾ ਕੋਚ ਸਾਡੇ
रबना बुटर आज संदीप गुरप्रीत गरेवाल धन्यवाद वीरे तगड़ी शमै सामे वालों मुकाबला कई पॉइंट अपनी टीम के हिस्से जेड़े जोड़ दिते है सामे ने भी कहते कई नंबर अपनी टीम के हिस्से जोड़ दिते है रणदीप साडा वीर इधर रणदीप किन्ने 13 हो गए 12 उधर 9 12 नंबर तनिहारी दे ते 9 नंबर है जेडे ओ खेल दे मैदान दे विच खंजरवाल दी टीम दे है 12 9 भाई एन बॉल गोपे दा मैच दिखावांगे मेरे हाथ संदीप अगला मैच आ भाई हेलो बोरा कोच तलवंडी वाला जी इतने बात सुनना आज सारा वीर बोरा कोच तलवंडी मंजू के अजब डाका रामकोट वेलकम भाई जी वीर वाल चलो करो सारे वीर शेर 12 9 भाई बोरा तलवंडी वाला 12 पॉइंट तिहारी खंजरवाल हर एक टूर्नामेंट पे फायदा है बड़ा शौक है तकरीबन हर एक टूर्नामेंट तलवंडी मजू क्या वाला भी पुजा है रणजीत 14 हो गए नंबर करो करो शेर सारे वीर भाई प्रमोद सच देवा दिखावांगे मैच भाई तरसेम दा जरूर सत श्री अकाल जी ਗੋਰਾ ਸਾਡਾ ਵੀਰ ਅੱਜ ਆਪਣਾ ਸਨਮਾਨ ਪ੍ਰਾਪਤ ਕਰ ਰਿਹਾ ਗੋਰੇ ਦਾ ਵੱਡਾ ਮਾਨ ਤੇ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਉੱਡੀ ਪਾੜਦਾ ਵੀਰੇ ਸੋਨੀ ਗਰੇਵਾਲ ਦਾ ਧੰਨਵਾਦ ਭਾਈ ਗੋਰਾ ਕੋਚ ਜੀ ਤਲਵੰਡੀ ਮੱਝੂ ਕਰੇ ਜਿਨ੍ਹਾਂ ਦਾ ਵੱਡਾ ਵਧੀਆ ਵਧੀਆ ਭਾਈ ਵੀਰ ਬੰਤ ਸਨਮਾਨ ਕਰਿਓ ਸ਼ੇਰ ਸਾਰੇ ਵੀਰ ਤੂੰ ਵੀ ਨਾਲ ਹੋ ਜਾ ਹਾਂ ਤੇ ਸਨਮਾਨ ਜਿਹੜਾ ਤਲਵੰਡੀ ਵਾਲੇ ਗੋਰੇ ਦਾ ਤੇ ਫੋਟੋ ਭਾਈ ਫੋਕਸ ਜੀ ਕਰਕੇ ਖਤਰੀ ਜ਼ਰੂਰ ਵੱਡਾ ਮਾਨ ਤੇ ਸਨਮਾਨ ਗੋਰੇ ਸਾਡੇ ਵੀਰ ਦਾ ਰੌਲੀ ਵਾਲਾ ਗਿੱਲ ਵੀ ਹੈ ਰਾਜਦੀਪ ਸਾਡੇ ਭਰਾ ਵੱਲੋਂ ਕੀਤਾ ਗਿਆ ਆਪਾਂ ਧੰਨਵਾਦ ਕਰਦੇ ਹਾਂ ਵੱਡੀ ਮੁਬਾਰਕਬਾਦ ਹੈ ਐ ਵੀ ਕੈਮਰੇ ਵਾਲੇ ਤੂੰ ਵੀ ਕਰਦੇ ਸਾਡੇ ਗੋਰੇ ਦੀ ਹੋਰ ਸਭ ਦੋਸਤੇ ਵੀ ਆ ਜਾਓ ਨਾਲ ਵੱਡਾ ਮਾਨ ਤੇ ਸਨਮਾਨ ਗੋਰੇ ਸਾਡੇ ਵੀਰ ਦਾ ਕੀਤਾ ਜਾ ਰਿਹਾ ਹੈ
ਹੋਰ ਗਿਆ ਨਹੀਂ ਪੁੱਛੀ ਬੜਾ ਕਿਵੇਂ ਨਹੀਂ ਕਿਆ ਨਹੀਂ ਪੁੱਛੀ ਸਕੋਰ ਕਿੰਨੇ ਆ ਚੌਦਾਂ ਪੁਆਇੰਟ ਭਰਿਆਰੀ ਨੌ ਪੁਆਇੰਟ ਖੰਜਰਵਾਲ ਲੱਭਾ ਆਇਆ ਵੀਰੇ ਵਰਿੰਦਰ ਸਿੰਘ ਲੱਭਾ ਆਇਆ ਮੁਕਾਬਲਾ ਕੀ ਜਾ ਰਹੀ ਹੈ ਚੌਦਾਂ ਨੌ ਬਾਈ ਜਾਨਦਾਰ ਮੈਚ ਖੇਡਿਆ ਜਾ ਰਿਹਾ ਹੈ ਲੋਕ ਭੰਡਿਆਰੀ ਵਾਲਾ ਗੱਭਰੂ ਖੇਡ ਮੈਦਾਨ ਦੇ ਵਿੱਚ ਇਹ ਵੀ ਮੁੰਡੇ ਦੀ ਦੁਨੀਆਂ ਦਵਾਨੀ ਹੈ ਤੇ ਦੁਨੀਆਂ ਵਾਲੀਬਾਲ ਦਾ ਕੰਪਿਊਟਰ ਕਹਿੰਦੀ ਹੈ ਮੁੰਡੇ ਨੂੰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਚੌਦਾਂ ਨੰਬਰ ਵਾਲੀਬਾਲ ਦੀ ਆਉਂਦੀ ਹੈ ਖੰਜਰਵਾਲ ਵਾਲੀਬਾਲ ਦਾ ਧਰਮ ਮੰਨਿਆ ਜਾਣ ਵਾਲਾ ਪਿੰਡ ਹੈ ਤੇ ਦੂਜੇ ਪਾਸੇ ਹਰਿਆਣੇ ਦੀ ਟੀਮ ਹੈ ਇਧਰ ਰੂਪ ਤੇ ਬਾਲ ਲੱਗੀ ਇਹਨੂੰ ਵੀ ਦੁਨੀਆ ਕੰਧ ਚੜ੍ਹਦੀ ਵਰੇਤ ਦੇ ਖਿਡਾਰੀਆਂ ਦੇ ਵਿੱਚ ਬਹੁਤ ਵੱਡਾ ਨਾਂ ਹੈ ਮੁੰਡੇ ਦਾ ਇਹਨੇ ਇੱਕ ਹੋਰ ਗਿਆਨ ਦਾ ਨੰਬਰ ਦਾ ਵਾਧਾ ਕਰ ਦਿੱਤਾ ਆਪਣੀ ਟੀਮ ਦੇ ਲਈ ਸੁਖ ਬਰਾੜ ਰਜੀਤ ਦੇ ਨਾਲ ਵੀਰੇ ਲੱਭਾ ਖੋਸ਼ਾ ਕਿੰਦਾ ਬਿਜਲੀ ਵਾਲਾ ਜੀ ਕਹਿੰਦੇ ਅੱਗੇ ਨੂੰ ਜਾ ਰਹੀ ਹੈ ਬਾਹਰੇ ਸੱਤੇ ਤਵੇ ਤੇ ਰੋਟੀ ਸੜਦੀ ਹੁੰਦੀ ਹੈ ਪਹਿਲਾਂ ਕਿਸਮਤ ਨਖਰੇ ਕਰਦੀ ਹੁੰਦੀ ਹੈ ਟੌਰ ਵੇਖ ਕੇ ਹਿੱਕ ਲੋਕਾਂ ਦੀ ਰੜਦੀ ਹੁੰਦੀ ਹੈ ਭੜਿਆਰੀ ਦੀ ਜਿੱਤਗੀ ਤੇ ਮਾਣ ਸਨਮਾਨ ਆਪਾਂ ਸਾਨੂੰ ਟੱਪ ਦੇ ਨਾਲ ਕਰ ਦੇਣੇ ਨੰਬਰ ਖੰਜਰਵਾਲ ਦੀ ਟੀਮ ਦੇ ਖਾਤੇ ਹੈ ਸਰਦਾਰ ਨਾ ਫੜ ਕਮਰੀ ਉਸਦੇ ਬਾਜਾਂ ਨੂੰ ਸਿੰਘ ਮਾਰ ਨਾ ਠੋਕਰ ਤਰਤਾ ਤਾਜਾਂ ਨੂੰ ਪੁਆਇੰਟ ਅਸੀਂ ਬੁੱਟੀ ਕਿੱਦੀ ਹੋ ਗਈ ਨੌ ਤੇ ਸੋਲਾਂ ਦਾ ਮੁਕਾਬਲਾ ਜੀ ਨੌ ਪੁਆਇੰਟ ਖੰਜਰਵਾਲ ਸੋਲਾਂ ਪੁਆਇੰਟ ਭੜਿਆਰੀ ਟੀਮ ਦੇ ਤਿਆਰ ਹੈ ਇੱਕ ਪਾਸੇ ਕਹਿੰਦੇ ਹਰਿਆਣੇ ਦੀ ਟੀਮ ਹੈ ਨਾਲ ਤਲਵੰਡੀ ਦਾ ਪ੍ਰਤਾਪ ਖੇਡਦਾ ਕਹਿੰਦੇ ਚੰਡੀਗੜ੍ਹ ਜਾਂ ਸਾਮਾ ਜਨੇਤ ਬਣੇ ਦਾ ਮੈਚ
ਸਾਡੇ ਬਾਈ ਸਤਵਿੰਦਰ ਧਨੋਵਾ ਜੀ ਯੂ ਐਸ ਏ, ਨਾਲ ਬਾਈ ਗੁਰਿੰਦਰ ਸਰਪੰਚ ਸਾਹਿਬ, ਨਾਲ ਸੰਦੀਪ ਹਾਸ ਤੇ ਬਾਈ ਅਮਿਤਪਾਲ ਨੰਬਰਦਾਰ ਜੀ, ਸਾਡੇ ਅਮਰਾਈ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆਇਆ, ਬੜੇ ਵੱਡੇ ਯੋਗਦਾਨ ਦਿੱਤੇ ਆ ਸਾਡੇ ਵੀਰਾਂ ਨੇ ਇਹ ਖੇਡ ਮੇਲੇ ਨੂੰ ਕਰਾਉਣ ਦੇ ਲਈ। छेक नंबर का फर्क है तो हो देखेंगे नंबर का बंदा कौन करता है। पनिहारी वाला कंप्यूटर या फिर राजपाल पागड़ी शामिया फड़क ही आई जाती बाल तलवंडी वाला भी फिट है छोटी उम्र जिम्मेवारियां कदे टीम दीआं जिम्मेवारियां अपनी टीम दीआं फाउल कहते इशारे कर दिते है प्रिंसीपल कहती है बिंदी रुके नाल पुलसिया उधर भी है पुलसिया तीन नंबर भी है कि लोकी लख बदमाशी कर दे सारे पटे पैण तो डर गए बंदा पंडे खा जाए सरकार जुलम तो डर गए लोकी फर नहीं मारी दी नंबरदार सरपंच पुलिस नहीं बिगाड़ी दी नंबर कि रंग दे बसंती माए रंगनी पैर थले सूला सिंधी बागड़ी वेलकम रे बहुत नाल खेर दे मलंगनी खिचो खिचो काम नु भाई करो शेर सारे वीर समझ ना लेना जी चल दा मैच ऐसा ही बात दिखावांगे मेरे सिमर चल बिना खेल इश्क दी पाजी सिमर दिखावांगे मैच मेरे अरजीत दा वेट भाई चल बिना खेल इश्क दी पाजी मैं थोड़ा दे बार आ रसा है पर खेडो दे प्यार दे नाल खेलना पा खेडा प्यार बनाउंदियां है खेडा तोड़दियां ना के तोड़दियां प्यार दे नाल पा शुरू करवा दिए फैसले रैफरी दे अंत मने सच बोलना कहते बड़ा औखा है पर रोटे आले सच बोलना कहते बड़ा औखा है तेरी मखना पॉइंट दस करी रणदीप किन्ने कहने नंबर हो गए सोलह नंबर हो चुके हैं चार नंबर का फर्क है सप खेल बड़ा तगड़ा मैच खेलते मैदान चक्का वाला 855 इधरले पासे गंगानगर वाला जहाज मेरे मित्रों खेल दे मैदान इधर तरसेम सेंटर जा गया फिर हॉलदार सेंटर जा गया है मेरे हिसाब से बिल्ला उधर भी तंदूर दे कि नेड़े ते नहीं है बिल्ला उधर भी तंदूर दे कि नेड़े ते नहीं है यह भी मुर्दिया नंबर पुछ के दस बी तीन नंबर दौड़ते किन्ने किन्ने है ਕਿਤੇ ਕੋਈ ਕਾਹ ਕਰੇ ਜਾਦੀ ਨਹੀਂ ਮਗਰ ਨਾ ਚੱਲੋ ਬਹੁਤ ਵਧੀਆ ਬਹੁਤ ਵਧੀਆ
छह नंबर है कालिया दे ते अठ नंबर है भैणी बाईए दी इधर भी बड़े हल्ले गाड़िए वाला शेप है अठ नंबर ते होगा की मित्रा भैणी बाईया दे सी ललकारे ललकारे पग रहे है तलवंडी दा पप्पा पैर बंदे ही तरेंदा है गुरु फिर मैदान दे विच आपां देखी है जवी रुपया हो टकरा है इधर भी कहंदे मुंडे नु दुनिया तो फान कहनी है बड़ा मान दीप जोंद यूएसए
सारे वीरां दा विशेष तौर ते धन्नवाद है संदीप हांस न्यूजीलैंड उन्हां दे चाचा जी विशेष तौर ते साडे नाल पहुंचे है इन्हां दा धन्नवाद है साडे नाल विशेष तौर ते पहुंचे साडे जिन्ने भी इन्हां लई भरा ने ਉਹ ਛੱਡ ਕੇ ਪੰਜਾਬ ਦੇ ਵਿਦੇਸ਼ ਬੈਠੇ ਨੇ ਉੱਥੇ ਦੁੱਖ ਤੜੇ ਫਿਰਦੇ ਰੂਹਾਂ ਤਾਂ ਇੱਥੇ ਨੇ ਇੱਥੋਂ ਇਹ ਵੀ ਗੱਲ ਚੰਗੀ ਜਿਹਨਾਂ ਸਦਰਾਂ ਦੇ ਗੁਰਦੁਆਰੇ ਸਾਹਿਬ ਸੀ ਉਹਦੇ ਸ਼ਹਿਰਾਂ ਦੇ ਪੰਜਾਬ ਦੇ ਮੇਲੇ ਚੱਲਦੇ ਜਿਹਨਾਂ ਕਾਰਨਾਂ ਦੇ ਯਾਰ ਰਹਿਤੇ ਨਹੀਂ ਸੀ ਉਹਦੇ ਆਸਰੇ ਪੰਜਾਬ ਦੇ ਮੇਲੇ ਚੱਲਦੇ ਉੱਧਰ ਬੰਗੀ ਵਾਲਾ ਗੋਪੀ ਵੀ ਐ ਨੱਕ ਕਰਾਈ ਜਾਂਦਾ ਇੱਧਰ ਪਿੰਦਰ ਨੇ ਸਿਰਾ ਕਰ ਬੜਿਆ ਪਣਹਾਰੀ ਦੀ ਟੀਮ ਦੇ ਖਾਤੇ ਦੇ ਵਿੱਚ ਜੁੜ ਚੁੱਕਿਆ ਹੈ ਰਣਜੀਤ ਬੈਸੂ ਸਾਡਾ ਵੀਰ ਨੰਬਰ 18 ਤੇ ਉਧਰ 14 18 ਨੰਬਰ ਹੈ ਪਣਹਾਰੀ ਦੇ 14 ਨੰਬਰ ਹੈ ਖੰਜਰਵਾਲ ਦੀ ਟੀਮ ਦੇ ਇੱਧਰ ਵੀ ਮੁਕਾਬਲਾ ਤਗੜਾ ਬੰਗੀ ਨਿਹਾਲ ਤੇ ਫਰੋਸ਼ਾ ਇਹਦਾ ਮੈਚ ਜਿਹੜਾ ਆ ਰਿਹਾ ਹੈ ਇੱਕ ਪਾਸੇ ਬਿੰਦੀ ਖੇਡਦਾ ਫਰੋਸ਼ਾ ਚੱਲੀ ਜਾਂਦਾ ਬਾਈ ਸਾਡਾ ਮੈਚ ਦੁਨੀਆ ਦਾ ਮਹਾਨ ਵਾਲੀਵਾਲ ਦਾ ਖਿਡਾਰੀ ਜਿਹਨੇ ਕਦੇ ਆਪਣੀ ਜ਼ਿੰਦਗੀ ਦੇ 25-26 ਸਾਲ ਆ ਖੇਡ ਦੇ ਵਿੱਚ ਲਾ ਦਿੱਤੇ ਹੈ ਇਹ ਹੈ ਬਿੰਦੀ ਫਰੋਸ਼ਾ ਦੀ ਧਰਤੀ ਦਾ ਨਾਲ ਬੱਦੀ ਦਾ ਦੀਪ ਸਿੰਘ ਵਾਲਾ ਪਿੰਡ ਹੈ ਨਾਲ ਢਿੱਡਾ ਦੇ ਸ਼ਰਮੇ ਨੂੰ ਬੱਚਾ ਬੱਚਾ ਜਾਣਦਾ ਹੈ ਕਿਰਤੀ ਕਰਤਾਵਾਂ ਲਿਖਦਾ ਹੈ ਖੇਡ ਦਾ ਵੀ ਅਭਿਆਨ ਕਦੇ ਗੱਲਾਂ ਟਿਕਾਣੇ ਹੈ ਨਾਲ ਕਹਿੰਦੇ ਲੱਕੀ ਕੁਰਸੀਆ ਚੱਕਾ ਵਾਲਾ ਜੋ ਫਰੋਸ਼ਾ ਵੀ ਇਹ ਟੀਮ ਦੇ ਲਈ ਖੇਡ ਰਿਹਾ ਹੈ ਦੂਜੇ ਪਾਸੇ ਫਰੋਸ਼ਾ ਵਾਲਾ ਸੱਤੀ ਹੈ ਆਹ ਦੇਖੋ ਸਾਹਮਣੇ ਗੋਪੀ ਨੇ ਇੱਕ ਪਹਿਲੇ ਨੰਬਰ ਦਾ ਹੱਥ ਆਪਣੀ ਟੀਮ ਦੇ ਲਈ ਕਰ ਦਿੱਤਾ ਹੈ ਪਾਣੀ ਪਹੁੰਚਦਾ ਕਰਦੇ ਵੀ ਗਰਾਊਂਡਾਂ ਦੇ ਵਿੱਚ ਬੇਨਤੀ ਹੈ ਗੋਪੀ ਦੇ ਤਗੜੇ ਡਿਫੈਂਸਰ ਦੇ ਤਾਰ ਮਾਰ ਕੇ ਤਗੜੇ ਨੰਬਰ ਦਾ ਹੱਥ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਹੈ ਪਰ ਬਾਗੜੀ ਗੱਜੀ ਫਿੱਟ ਨਹੀਂ ਲੱਗਦੀ ਕੁਝ ਨਾ ਕੁਝ ਕਰਨਾ ਪੈਣਾ ਹੈ ਤਲਵੰਡੀ ਦਾ ਕੋਈ ਨਾ ਕੋਈ ਨੁਕਤਾ ਸਾਂਝਾ ਕਰ ਗਿਆ ਹੈ ਤੂੰ ਸਦਾ ਚੁੱਕਦੀ ਪਿਓ ਤਲਵੰਡੀ ਚੰਦ ਨੂੰ ਉਹ ਇਕੱਲੇ ਚੁੱਕਦੇ ਨਹੀਂ ਹੁੰਦੇ ਕਦੇ ਹਥਿਆਰ ਬਈ ਉਹ ਚਾਣਦਾਰ ਬੰਦਿਆਂ ਨਾਲ ਰਹਿੰਦੇ ਆ ਪੰਜ ਰਹਿੰਦੀ ਹੈ ਫੀਲਿੰਗ ਸਾਡੀ ਸ਼ਾਨਦਾਰ ਹੋਈ ਸਿੱਧੂ ਬਾਈ ਰੱਸੀ ਪੈਰ ਕਿੰਨੇ ਕਿੰਨੇ ਕਰੋ ਪਿੰਦਰੀ ਦੱਸੇਗਾ ਨੰਬਰ ਕਿੰਨੇ ਕਿੰਨੇ ਹੋ ਗਏ ਪਿੰਦਰੀ ਖਿਲਾੜ ਵਾਲਾ 6 ਉਧਰਲੇ ਪਾਸੇ ਸੋਣਾ 16 ਤੇ 11 ਦਾ ਮੁਕਾਬਲਾ ਇਧਰਲੇ ਪਾਸੇ ਜਿਹੜਾ ਖੇਡਿਆ ਜਾ ਰਿਹਾ 16 ਨੰਬਰ ਬੰਗੀ ਨੇ ਆਪਦੀ ਟੀਮ ਲਿਆ ਤੇ 11 ਨੰਬਰ ਆਪਾਂ ਦੇਖ ਰਹੇ ਦੂਜੇ ਪਾਸੇ ਫਰੋਸ਼ਾ ਦੀ ਏ ਟੀਮ ਖੇਡਦੀ ਹੈ ਇਹ ਵੀ ਮੈਚ ਬਹੁਤ ਤਗੜਾ ਖੇਡਦੇ ਫਾਟੀ ਆ ਸੀਜ਼ਨ ਦੇ ਵਿੱਚ ਟਿੱਕੀਆਂ ਬਈ ਵੀ ਬੰਦੇ ਬੰਦੇ ਕਰਾਈ ਹੈ ਮੈਚ ਕੀਆਂ ਆ ਸੀਜ਼ਨ ਬਲਾਹ ਕਰ ਰਹੇ ਨੇ ਕਹਿੰਦੇ ਆ ਰੱਤ ਦੇ ਵੇਲੇ ਜਿੱਤੇ ਆ ਬੜੀ ਚਰਚਾ ਦੇ ਵਿੱਚ ਆ ਟੀਮ ਹੈ ਬੰਗੀ ਵਾਲਿਆਂ ਨੇ ਆ ਸੀਜ਼ਨ ਦੀ ਕਹਿੰਦੇ ਕਮਾਲ ਹੀ ਕੀਤੀ ਹੈ ਗੋਪੀ ਦਾ ਵੀ ਕਹਿੰਦੇ ਪੂਰਾ ਸਿੱਕਾ ਹੈ ਪਰ ਆ ਮੁੰਡਾ ਕਹਿੰਦੇ ਗਿੱਲ ਪਰਿਵਾਰ ਦਾ ਗੌਰਵ ਹੈ ਇੱਕ ਚਾਂਦੀ ਦੇ ਕੜੇ ਦਾ ਜੇਤੂ ਹੈ ਇੱਕ ਮੋਬਾਈਲ ਜਿੱਤੇ ਆ ਤੇ ਇੱਕ ਕਹਿੰਦੇ ਸਾਈਕਲ ਮੁਕਸਰ ਸਾਹਿਬ ਦੀ ਉਹ ਪਾਵਰ ਤੇ ਧਰਤੀ ਦੇ ਮੁੰਡੇ ਨੇ ਜਿੱਤਿਆ ਮੁੰਡੇ ਦਾ ਥੋੜੀ ਜਿਹਾ ਲਾਲ ਦਾਦਾ ਮੱਖਣ ਜੀ ਕਰੋ ਇਸ਼ਾਰਾ ਕਿਹੜੇ ਪਾਸੇ ਮੈਚ ਹੈ ਮੱਖਣ ਵੀ ਐਨ ਟਿਕ ਟਿਕੀ ਲਾਈ ਬੈਠਾ ਹੈ ਗੰਗਾ ਨਗਰੀ ਔਰ ਦਾ ਜਹਾਜ਼ ਬਣ ਕੇ ਦਿਲ ਕਰਦਾ ਏ ਤੱਕਦੀਆਂ ਰਹਿਣ ਅੱਖਾਂ ਲੰਬਾ ਰੂਪ ਦੇ ਗੌਰਵ ਸਿਪਾਹ ਬਣ ਗਏ ਅਤੀ ਕਰਦਾ ਏ ਸ਼ਾਵਾ ਕਹਿੰਦੇ ਕੋਚ ਲੱਖਾ ਵਾਲੀਵਾਲ ਨੇ ਸ਼ਹਿਬਾਜ਼ ਨੂੰ ਸਾਂਭ ਲਿਆ ਏ ਨਹੀਂ ਤੇ ਔਰਖ ਨੇ ਰੁੜ ਜਾਣਾ ਸੀ ਵਾਂਗ ਕੱਖਾਂ ਨਹੀਂ ਤੇ ਔਰਖ ਨੇ ਰੁੜ ਜਾਣਾ ਸੀ ਇੱਥੇ ਵਾਂਗ ਕੱਖਾਂ ਲੋ ਖੇਡ ਮੈਦਾਨ ਦੇ ਵਿੱਚ ਪੈਰ ਧੜਾਕੇ ਪੈ ਰਹੇ ਹੈ ਪੈਂਦੇ ਧੜਾਕੇ ਖੇਡਦੇ ਹੈ ਕਾਕੇ ਨੰਬਰ ਇੱਧਰ ਕਹਿੰਦੇ 19 ਹੋ ਗਏ ਪਨਿਆਰੀ ਦੀ ਟੀਮ ਦੇ ਤੇ ਦੂਜੇ ਪਾਸੇ 14 ਨੰਬਰ ਹੈ 19 ਤੇ 14 ਦਾ ਮੁਕਾਬਲਾ ਪਰਵਾਲ ਆਊਟ ਹੈ ਉਧਰ 15 ਤੇ 19 ਚਾਰ ਨੰਬਰਾਂ ਦਾ ਫਰਕ ਹੈ ਤੇ ਕਲਾਰ ਵਾਲੇ ਸਾਡੇ ਵੀਰ ਕਹਿੰਦੇ ਹੈ ਕਲਾਰ ਵਾਲੇ ਵੀਰ ਕਹਿੰਦੇ ਆਪਾਂ ਆਉਂਦੇ ਸਾਲ ਜਦੋਂ ਟੂਰਨਾਮੈਂਟ ਕਰਵਾਇਆ ਨਾ ਕਲਾਰ ਦੀ ਧਰਤੀ ਦੇ ਤੇ ਆਈ ਪੀ ਐਸ ਦਾ ਗੋਲਡ ਵੀ ਕਿਸੇ ਨਾਲ ਮਾਰ ਕੇ ਸਨਮਾਨ ਕਰਨਾ ਮੁੰਡਾ ਸ਼ੂਟਿੰਗ ਵਾਲੀਬਾਲ ਦੇ ਆਸ਼ਕ ਕੇ ਚਲਾਉਂਦਾ ਹੈ ਅੱਜ ਮੈਚਾਂ ਦੇ
ਲਾਈਵ ਪ੍ਰਸਾਰਣ ਕੀਤੇ ਸਾਡੇ ਭਰਾ ਨੇ ਕੱਲ ਕਹਿੰਦੇ YouTube ਤੇ ਮੈਚ ਦਿਖਾਇਆ ਐਨ ਕਹਿੰਦੇ ਗੱਲਾਂ ਬੱਤਾਂ ਟਿਕਾਣੇ ਆ ਲੈ ਗੁਰੂ ਦਾ ਖਾਲਸਾ ਮੇਰੇ ਮਿੱਤਰੋ ਗਲਤੀ ਗਲਤੀ ਖੇਡ ਦੇ ਮੈਦਾਨ ਵਿੱਚ ਕਰ ਦੇਖਾ ਚੋਟੀ ਦਾ ਮੈਚ ਦੇ ਸਰਬ ਸੁਚੇਤ ਮੇਰੇ ਮਿੱਤਰੋ ਯਾਦਾਂ ਉਹਦੀਆਂ ਨੇ ਮੇਰਾ ਸੁਰਮਾਇਆ ਇਹ ਸ਼ੱਕ ਵੱਡ ਵੱਡ ਖਾਂਦੀਆਂ ਬੰਦਾ ਚੁੰਨੀਆਂ ਦੀ ਚੀਜ਼ਾਂ ਚਾਹੁੰਦਾ ਜ਼ਿੰਦਗੀ ਚ ਉਹ ਸਾਰੀਆਂ ਨੀ ਮਿਲ ਜਾਂਦੀਆਂ ਬੰਦਾ ਜਿੰਨੀਆਂ ਵੀ ਚਾਹੁੰਦਾ ਚੀਜ਼ਾਂ ਜ਼ਿੰਦਗੀ ਚ ਉਹ ਸਾਰੀਆਂ ਨੀ ਮਿਲ ਜਾਂਦੀਆਂ ਬਾਕੀ ਹੁੰਦਾ ਉਹੀ ਹੈ ਜੋ ਨੀਲੀ ਛੱਤ ਵਾਲੇ ਨੇ ਕਰਨਾ ਹੁੰਦਾ ਉਹੀ ਹੈ ਅਗਲਾ ਮੈਚ ਵੀ ਤਗੜਾ ਖੇਡਿਆ ਜਾਣਾ ਹੈ ਤੇਰੀ ਬੇਨਤੀ ਉਹਦੇ ਨਾਲ ਦੀਆਂ ਟੀਮਾਂ ਵੀ ਗਰਾਊਂਡ ਦੇ ਨੇੜੇ ਆ ਜਾਣ ਬਾਡੇ ਤੇ ਸੰਘਾ ਸਪੋਰਟਸ ਕਲੱਬ ਜਨੇਤਪੁਰੇ ਦੀ ਤੂੰ ਤੂੰ ਮੈਂ ਹੋਣੀ ਹੈ ਮੈਂ ਬੇਨਤੀ ਕਰਦਾ ਬਾਡੇ ਤੇ ਸੰਘਾ ਸਪੋਰਟਸ ਕਲੱਬ ਦੇ ਖਿਡਾਰੀ ਦੋ ਨੰਬਰ ਗਰਾਊਂਡ ਦੇ ਬਿਲਕੁਲ ਨੇੜੇ ਰਹਿਣ ਅਗਲੇ ਮੈਚ ਦੇ ਲਈ ਮੇਰੀ ਬੇਨਤੀ ਇਹਨਾਂ ਵੀਰਾਂ ਨੂੰ ਭਰਾਵਾਂ ਨੂੰ ਟੀਮਾਂ ਨੂੰ ਖਿਡਾਰੀਆਂ ਨੂੰ ਤੇ ਗਰਾਊਂਡ ਦੇ ਨੇੜੇ ਆ ਜਾਣ ਉਹਦੇ ਇੱਕ ਨੰਬਰ ਦਾ ਵੀ ਤਗੜਾ ਮੈਚ ਹੈ ਰੋਸ਼ਾ ਵਾਲਾ ਸੱਤੀ ਵੀ ਕਹਿੰਦੇ ਕਮਾਲ ਕਰਦਾ ਉਹ ਟੰਗੀ ਵਾਲਾ ਗੋਪੀ ਮੇਰੇ ਮਿੱਤਰੋ ਧਾਗਲੇ ਵਾਲੇ ਅਮਨ ਨੇ ਵੱਡੇ ਮਾਨ ਤੇ ਸਨਮਾਨ ਕਹਿੰਦੇ ਕਾਤਰਲ ਕੀਤੇ ਹੈ ਗੱਲੇ ਦੀ ਧਰਤੀ ਦੇ ਵੱਡਾ ਮਾਲ ਹੋਇਆ ਇਹ ਦਰਬਾਰ ਕਹਿੰਦੇ ਤਲਵੰਡੀ ਵਾਲਾ ਪ੍ਰਤਾਪ ਘੋਗੇ ਦੇ ਲਾ ਗਿਆ ਹੈ ਇਹ ਹੈ ਪ੍ਰਤਾਪ ਤਲਵੰਡੀ ਵਾਲਾ ਜਿਹੜਾ ਵੱਡਾ 15 ਨੰਬਰ ਦੀ ਜਰਸੀ ਚ ਖੇਡਦਾ ਹੈ ਇਹਨੂੰ 3 ਮੋਟਰਸਾਈਕਲ ਮਿਲੇ ਹੈ ਮਾਨ ਤੇ ਸਨਮਾਨ ਦੇ ਵਿੱਚ ਏਦਾਂ ਨਹੀਂ ਹੋ ਯਾਰ ਇਹਨੂੰ ਚੁੱਕਣਾ ਸਿਖਾਰਾ ਕਹਿੰਦੇ ਤਲਵੰਡੀ ਦੇ ਇਹਦਾ ਚਿਹਰਾ ਫਰਮਾਣਾ ਹੈ ਮੋਟਰਸਾਈਕਲ ਵਾਲੀ ਮਾਂ ਇਹਨੇ ਕਿਸੇ ਗੱਲ ਨਾਲ ਹੀ ਪਾਇਆ ਹੈ ਪ੍ਰਤਾਪ ਪ੍ਰਤਾਪ ਹੋ ਗਈ ਪੂਰੇ ਪੰਜਾਬ ਚ ਕੁਝ ਖੇਡਦੇ ਮੈਦਾਨਾਂ ਵਿੱਚ ਉਹ ਕਰਕੇ ਦਿਖਾਇਆ ਹੈ ਪ੍ਰਤਾਪ ਪ੍ਰਤਾਪ ਹੋ ਗਈ ਹੁਣ ਮਿੱਤਰੋ ਦੁਨੀਆ ਦੇ ਕੁਝ ਖੇਡਦੇ ਮੈਦਾਨਾਂ ਵਿੱਚ ਕਰਕੇ ਦਿਖਾਇਆ ਹੈ ਵਾਕਈ ਐਨ ਕਹਿੰਦੇ ਮੁੰਡੇ ਨੇ ਕਮਾਲਾਂ ਕੀਤੀਆਂ ਆਹ ਮੈਦਾਨਾਂ ਚ ਕਹਿੰਦੇ ਸਿੱਕਾ ਪੂਰਾ ਤਲਵੰਡੀ ਵਾਲੇ ਦਾ ਚੱਲਦਾ ਹੈ ਔਰ ਫੜ ਤਿਆਰੀ ਜਾਂ ਫਿਰ ਪਿੰਦਰ ਨੂੰ ਕਹਿ ਦੇ ਅੱਜ ਕੰਪਿਊਟਰ ਪੂਰਾ ਫਿੱਟ ਹੋਇਆ ਫਿਰਦਾ ਹੈ ਅੱਜ ਬਾਜਰੀ ਨੇ ਵੀ ਐਨ ਰਾਤੇ ਪਹਿਲੇ ਰਾਊਂਡ ਤੋਂ ਹੀ ਸਾਫ਼ ਕਰਦੇ ਹੈ ਅੱਜ ਬਾਜਰੀ ਕਹਿੰਦਾ ਮੇਲਾ ਰਣਜੀਤ ਉਹਨਾਂ ਨੇ ਕਰਾਇਆ ਹੈ ਨਾਲ ਰਾਜਦੀਪ ਹੋਣੀ ਸਾਡੇ ਵੀਰ ਹੈ ਸਤਵਿੰਦਰ ਧਰੋਆ ਸਾਹਿਬ ਯੂਐਸਏ ਵਾਲੇ ਸਾਡੇ ਵੱਡੇ ਵੀਰ ਨਾਲ ਕਵਿੰਦਰ ਸਰਪੰਚ ਜੀ ਸੰਦੀਪ ਹਾਸ ਨਿਊਜ਼ੀਲੈਂਡ ਅੰਮ੍ਰਿਤਪਾਲ ਸਾਡੇ ਨੰਬਰਦਾਰ ਸਾਹਿਬ ਮੇਲਾ ਕਹਿੰਦੇ ਵੱਡਾ ਕਰਵਾਇਆ ਹੈ ਐ ਪ੍ਰਾਗ ਵੀ ਟੌਪ ਰਿਹਾ ਹੈ ਆਹ ਦੇਖੋ ਸਾਹਮਣੇ ਕੰਪਿਊਟਰ ਦੇ ਸ਼ਹਿਸ਼ਾ ਬੋਲੀ ਜਾਂਦਾ ਹੈ ਪਰ ਬਾਲ ਵੀ ਉਹਦੀ ਆਊਟ ਹੈ ਸਿਆਣਿਆਂ ਨੇ ਆਖਿਆ ਵੀ ਇਟ ਇਜ਼ ਨਾਟ ਸੰਡੇ ਕਿ ਸੂਰਜ ਦਾ ਟੁਕੜਾ ਨਾ ਗਿਰਦਾ ਉੱਥੇ ਧਰਤੀ ਨਾ ਹੁੰਦੀ ਔਰ ਸਾਡੇ ਬਜ਼ੁਰਗਾਂ ਨੇ ਅਗਰ ਜੇ ਵਰਦੀ ਨਾ ਹੁੰਦੀ ਤਾਂ ਜ਼ਿੰਦਗੀ ਕੈਸੀ ਹੋਣੀ ਸੀ ਪਸ਼ੂਆਂ ਦੇ ਜੈਸੀ ਹੋਣੀ ਸੀ ਨਾਲ ਕਹਿ ਵੀ ਹੋ ਸੀ ਤਾਂ ਸ਼ਾਇਦ ਹੋਣੀ ਹੀ ਨਹੀਂ ਸੀ ਔਰ ਪੱਥਰ ਨਾਲ ਪੱਥਰ ਟਕਰਾ ਕੇ ਜੇ ਅੱਗ ਦੀ ਖੋਜ ਨਾ ਹੁੰਦੀ ਤਾਂ ਸਾਡੇ ਘਰਾਂ ਚ ਹੁਣ ਪੱਕਦੀ ਰੋਟੀ ਹਰ ਰੋਜ਼ ਨਾ ਹੁੰਦੀ ਕਿੱਡੀ ਸ਼ਰਮਿੰਦਗੀ ਹੋਣੀ ਸੀ ਆਪਾਂ ਸਹਿ ਕਿੱਦਾਂ ਸਕਣੀ ਸੀ ਮਨੁੱਖ ਦੇ ਕੱਪੜਾ ਹੀ ਨਾ ਫੜਦਾ ਤੇ ਇੱਜ਼ਤ ਕਿੱਦਾਂ ਢੱਕਣੀ ਸੀ ਕੌਣ ਸਕੂਲੇ ਜਾਂਦਾ ਜੇਕਰ ਇੱਥੇ ਗਿਆਨ ਨਾ ਹੁੰਦਾ ਜੇ ਸ਼ੇਰ ਸ਼ਾਇਰੀ ਨਾ ਹੁੰਦੀ ਤੇ ਇਸ਼ਕ ਬਿਆਨ ਨਾ ਹੁੰਦਾ ਫਲਾਂ ਨੂੰ ਕੌਣ ਮੂੰਹ ਲਾਉਂਦਾ ਜੇ ਕੱਚੇ ਰਹਿੰਦੇ ਪੱਕਦੇ ਨਾ ਜਿਸ਼ਨ ਦਾ ਕੀ ਇਸਤਵਾ ਹੁੰਦਾ ਭਾਈ ਜੇਕਰ ਆਸ਼ਕ ਤੱਕਦੇ ਨਾ ਜਿਸ਼ਨ ਦਾ ਕੀ ਰੁਤਬਾ ਹੁੰਦਾ ਜੇ ਆਸ਼ਕ ਤੱਕਦੇ ਨਾ ਵਾਕਈ ਕਹਿੰਦੇ ਸਹਿਣ ਦੇ ਵੱਖ ਵੱਡੇ ਆ ਐਨ ਗੱਲਾਂ ਨੂੰ ਤਾਂ ਕਾਸ਼ੂ ਵੀ ਗੋਲੇ ਨੇ ਟਿਕਾਣੇ ਲਾਈਆਂ ਹੈ ਤੇ ਇਧਰ ਦੇ ਸ਼ੇਰਾਂ ਨੂੰ ਮੋੜਨ ਲੱਗ ਪਿਆ ਹੈ ਅੱਜ ਕੰਪਿਊਟਰ ਖੇਡਾਂ ਦੇ ਮਿੱਤਰੋ ਪੰਜਾਬ ਦੇ ਹਰਿਆਣੇ ਦਾ ਮੈਚ ਹੈ ਉਹ ਚੱਲੇ ਹਰਿਆਣੇ ਦਾ ਰੌਲਾ ਰੌਲਾ ਤੇਰੇ ਸ਼ਹਿਰ ਦਾ ਉਹ ਖਤਰੇ ਦਾ ਧੁੱਪੀ ਦਾ ਸਿਪਾਹੀ ਅਲ ਨਹਿਰ ਦਾ ਸਾਡੇ ਬਿਨਾਂ ਚਾਕ ਖੋ ਕੇ ਲੈ ਜਾਣਗੇ ਜਿਹੜੀ ਕੁੜੀਆਂ ਦੀ ਜੰਨਤ ਸਦਾਉਂਦੀ ਐਨਾ ਮਾਣ ਚੱਡੀ ਕਰਦੇ ਲਹਿੰਗੇ ਲੈਣ ਲੁਧਿਆਣੇ ਕਾਹਤੋਂ ਆਉਂਦੀ ਜੇ ਅੜੀਆਂ ਆਏ ਚੱਡੀ ਕਰਦੇ ਨੰਬਰ ਲਾਸਟ ਇਧਰਲੇ ਪਾਸੇ ਮੇਰੇ ਖਿਆਲ ਦੇ ਵਿੱਚ ਐਨ ਕਹਿੰਦੇ ਚੋਟੀ ਦਾ ਵਿਖਾਓ ਦੇਖੋ ਕੰਪਿਊਟਰ ਪੂਰੀ ਬੱਲੇ ਬੱਲੇ ਮੇਰੇ ਮਿੱਤਰੋ ਤਲਵੰਡੀ ਵਾਲਾ ਤਲਵੰਡੀ ਵਾਲਾ ਤਲਵੰਡੀ ਵਾਲਾ ਤਲਵੰਡੀ ਵਾਲਾ ਆਏ ਮੇਰੀ ਜਾਨ ਉਹ ਖਿੰਦਰ ਦੀ ਤਾਂ ਹੋ ਜਾਈ ਗੜਾਲਿਆ ਚੰਡੀਗੜ੍ਹ ਦੂਰ ਬੜੀ ਹੈ ਤੇ ਗੱਡੀ ਦਾ ਸ਼ੀਸ਼ਾ ਸਾਫ਼ ਹੈ ਨਾ ਤੇਰੇ ਤੋਂ ਕਰਾਉਣਾ ਹੈ ਇੱਥੋਂ ਦੇ ਘਰ ਹੀ ਪੁੱਛੀ ਨਾ ਤੇ ਫੇਰ ਗੱਲਾਂ ਬਾਤਾਂ ਹੋਏ ਹੋਣਗੀਆਂ ਪਰ ਬਾਗ
ਆਜ਼ਾਦੀ ਦਾ ਪ੍ਰਤਾਪ ਹੈ ਇਹਦਾ ਬਸ ਚੱਲੇ ਸਵਾਲ मेरे हिसाब ना 16-20 है वीरे 16-20 17-20 है वीरे 17-20 ਪਹਿਲੀ ਵਾਰੀ ਕਾਲੀ ਦਾ ਵੱਡਾ ਮਾਣ ਤੇ ਸਨਮਾਨ ਹੈ ਕਿਰਪਾ ਕਰਕੇ ਸਟੇਜ ਤੇ ਆ ਜਾਓ ਸਾਡਾ ਵੀਰ ਖੇਡੋ ਪੰਜਾਬ ਸਪੋਰਟਸ ਕਲੱਬ ਲਈ ਇੱਕ ਵੱਡਾ ਮਾਣ ਜਿਹੜਾ ਕੀਤਾ ਜਾਣਾ ਇਧਰ ਤਲਵੰਡੀ ਵਾਲਾ ਪ੍ਰਤਾਪ ਸਫਲਤਾ ਦਾ ਵਾਅਦਾ ਕਰ ਗਿਆ ਆਈਕਸ ਬਾਈ ਦਾ ਸਨਮਾਨ ਕਰਨਾ ਕਾਲੇ ਦਾ ਪਹਿਲੀ ਵਾਲਾ ਕਾਲਾ ਕੇ ਸਨਮਾਨ ਲੈ ਲਵੇ ਤੇ ਇਧਰ ਨੰਬਰ ਲਾਸਟ ਹੈ ਰਣਜੀਤ ਲਾਸਟ ਨੰਬਰ ਲੰਬੀ ਸਥਿਤੀ ਬਾਹਰ ਬਿੱਤਰਾ ਭੁੱਲੀ ਬੋਰਡ रूप बच के रही